ਮੈਨੂੰ ਨਕੋਦਰ ਵਾਲੀ ਸਰਕਾਰ ਨੇ ਕਿਹਾ ਸੀ ਭੇਟਾਂ ਗਾਇਆ ਕਰ ਤੇ ਜਦੋਂ ਮੈਂ ਨਵਾਂ ਨਵਾਂ ਭੇਟਾਂ ਗਾਉਣ ਲੱਗਿਆ ਦਾਤਾ ਜੀ ਤੇ ਬਹੁਤ ਸਾਰੇ ਕਲਾਕਾਰ ਮੈਂ ਨਾਂ ਨਹੀਂ ਲੈਂਦਾ ਉਹਨਾਂ ਨੇ ਕਹਿਣਾ ਲੈ ਹੁਣ ਤਾਂ ਜਗਰਾਤੇ ਕਰਨ ਲੱਗ ਪਿਆ ਤੇ ਅੱਜ ਦੀ ਡੇਟ 'ਚ ਸਾਰੇ ਹੀ ਕਰਦੇ ਆ ਉਹ ਜਗਰਾਤੇ ਮੈਂ ਤਾਂ ਮੇਲੇ ਸ਼ੋ ਕਾਰਪੋਰੇਟ ਸ਼ੋ ਫਿਲਮਾਂ ਦੇ ਗਾਣੇ ਗੁਣੇ ਵੀ ਗੱਲ ਨਾ ਉਹ ਜਗਰਾਤੇ ਹੀ ਕਰਦੇ ਇਕੱਲੇ ਮੈਨੂੰ ਮਹਾਮਾਈ ਨੇ ਕਰਵਾਏ ਆ ਮੈਂ ਆਪਣੀ ਮਾਂ ਦਾ ਲੜ ਪਹਿਲਾਂ ਫੜਿਆ ਮੇਰੇ ਪਿਓ ਨੇ ਕਿਹਾ ਕਿ ਮਾਂ ਦਾ ਲੜ ਫੜ ਲਾ ਜੇ ਤੂੰ ਪਾਰ ਲੰਘਣਾ ਮੈਂ ਜੀ ਮੇਲਾ ਮਈਆ ਦਾ ਕਰਾਤੀ ਕਿਸੇ ਤੋਂ ਪੈਸੇ ਫੜ ਦੜ ਕੇ 25,000 ਰੁਪਏ ਚ ਉਹ ਕੈਸਟ ਹੋਈ ਮੇਲਾ ਮਈਆ ਦਾ ਜਿਨ੍ਹਾਂ ਨੇ ਉਸ ਕੈਸਟ ਨੇ ਟੀ ਸੀਰੀਜ਼ ਨੂੰ 25 ਕਰੋੜ ਰੁਪਏ ਦਾ ਬਿਜ਼ਨਸ ਦਿੱਤਾ ਉਸ ਤੋਂ ਬਾਅਦ ਹੀ ਭਾਗ ਰੰਗ ਲੱਗੇ ਨੇ ਸਰਕਾਰ ਦਾਤਾ ਜੀ ਨੇ ਕਿਹਾ ਸੀ ਨਕੋਦਰ ਵਾਲੀ ਸਰਕਾਰ ਨੇ ਓਏ ਭੇਟਾਂ ਗਾਇਆ ਕਰ ਜੈ ਮਾਤਾ ਦੀ ਕਰਿਆ ਕਰੋ ਤੇ ਮਾਂ ਤੇ ਪਿਓ ਜਿਹਦੇ ਕੋਲ ਮਾਂ ਪਿਓ ਦੋਵੇਂ ਹੀ ਹੋਣ ਉਹ ਬਹੁਤ ਕਿਸਮਤ ਵਾਲਾ ਹੁੰਦਾ ਮੇਰਾ ਪਿਓ ਮੁਰਾਦ ਸ਼ਾਹ ਹੈ ਮੇਰੀ ਮਾਂ ਚਿੰਤਪੁਰਨੀ ਮੇਰਾ ਪਿਓ ਰਹਿਮਤ ਸ਼ਾਹ ਹੈ ਮੇਰੀ ਮਾਂ ਵੈਸ਼ਨੋ ਦੇਵੀ ਮੈਨੂੰ ਦੋਵਾਂ ਨੇ ਦਿੱਤਾ ਮੈਨੂੰ ਇੰਨਾ ਰਜਾਇਆ ਰੱਜ ਕੇ ਰਜਾਇਆ ਸਾਨੂੰ ਮਾਤਾ ਨੇ ਚਰਨੀ ਲਗਾਇਆ ਸਾਨੂੰ ਮਾਤਾ ਨੇ ਹਨਾ ਤੇ ਮੈਂ ਕਈ ਵਾਰੀ ਕਹਿੰਦਾ ਹੁਣ ਮੈਨੂੰ ਕਈ ਲੋਕ ਕਹਿੰਦੇ ਆ ਕਿ ਯਾਰ ਤੂੰ ਮੁਸਲਮਾਨ ਹੋ ਕੇ ਜਗਰਾਤੇ ਕਰਦਾ ਨਾ ਤੇਰਾ ਸਲੀਮ ਆ ਤੂੰ ਜਗਰਾਤੇ ਕੋ ਕਰਦਾ ਤੇ ਫਿਰ ਮੇਰਾ ਉਹਨਾਂ ਨੂੰ ਜਵਾਬ ਕੀ ਹੁੰਦਾ ਰਾਮ ਵਾਲੋਂ ਕੋ ਮੁਸਲਮਾਨ ਸੇ ਬੁਆਤੀ ਹੈ ਰਾਮ ਵਾਲੋਂ ਕੋ ਮੁਸਲਮਾਨ ਸੇ ਬੁਆਤੀ ਹੈ ਅਹਲੇ ਇਸਲਾਮ ਕੋ ਭਗਵਾਨ ਸੇ ਬੁਆਤੀ ਹੈ ਕਿਸ ਕੋ ਫੁਰਸਤ ਹੈ ਕਿ ਕਰੇ ਖਿਦਮਤ ਇਨਸਾਨ ਕੀ ਯਹਾਂ ਤੋ ਇਨਸਾਨ ਕੋ ਇਨਸਾਨ ਸੇ ਬੁਆਤੀ ਹੈ ਇਧਰ ਮੰਦਿਰ ਇਧਰ ਮਸਜਿਦ ਇਧਰ ਗੁਰੂਦਵਾਰਾ ਇਧਰ ਗਿਰਜਾ ਇਧਰ ਮੰਦਿਰ ਇਧਰ ਮਸਜਿਦ ਇਧਰ ਗੁਰੂਦਵਾਰਾ ਇਧਰ ਗਿਰਜਾ ਖੁਦਾ ਕੇ ਯੇ ਸਭੀ ਘਰ ਹੈ ਜਿਧਰ ਚਾਹੇ ਉਧਰ ਗਿਰ ਜਾ ਕਹਿੰਦੇ ਨੇ ਮੰਦਿਰ ਬਣਾ ਜਾਂ ਮਸਜਿਦ ਬਣਾ ਆਨਾ ਤੋ ਇੱਕ ਹੈ ਮੰਦਿਰ ਬਣਾ ਜਾਂ ਮਸਜਿਦ ਬਣਾ ਮੰਦਿਰ ਬਣਾ ਅੱਲਾਹੁ ਅਕਬਰ ਅੱਲਾਹ ਮੰਦਿਰ ਬਣਾ ਮੰਦਿਰ ਬਣਾ ਮੰਦਿਰ ਬਣਾ ਮੰਦਿਰ ਬਣਾ ਮੰਦਿਰ ਬਣਾ ਯਾ ਮਸਜਿਦ ਬਣਾ ਮੰਦਿਰ ਬਣਾ ਯਾ ਮਸਜਿਦ ਬਣਾ ਆਨਾ ਤੋ ਏਕ ਹੈ ਅਰੇ ਰਸਤੇ ਅਲੱਗ ਅਲੱਗ ਹੈ ਲੇਕਿਨ ਠੀਕ